एक तरफ तो भारत की लाज बचाने और सिक्की को सम्मान दिलाने के लिए दूसरे देशों से भारतीय लड़ रहे हैं, परंतु अपने ही देश में ऐसी घटना बेहद शर्मनाक है। ब्यूरो रिपोर्ट रूबरू टुडे। वाहिगुरु जी का खालसा, वाहिगुरु जी की फतेह। ये जो तुसी आहुन क्लिप्स देखी है खालसा जी, ये देख के सोचो कि कदों तक तुसी ते गफल दी नींद सुते रहो, कदों तक अपनी पगां अपने दस्तारा पैरां विच रौंदे रहोगे। असीं इत्थे दस्तार दी लड़ाई लड़दे हां, अते ये सानू तकरीबन यकीन भी है कि इतने असं जित जावे। आ पिछले हफ्ते इस हफ्ते गया जो विसाखी पार्लीमेंट मनाई जी, ब्रिटिश सिख कंसल्टिव फोरम वालों विसाखी मनाई गई पार्लीमेंट के, मिनिस्टर ऑफ ट्रांसपोर्ट थरीसा विलियस उत्थे आई सी। उन्हें आके अपनी स्पीच के दैट डिपार्टमेंट will resume discussion with Sikhs for a satisfactory solution. The trials which are going on at the 5 airports, they are successful and we are very hopeful that a solution will be found soon. Inada e apna e itthe da jo apan itthe kar rahe ha ode vaste government ne kiya si aa kar rahe hai, solution labange, gal baat karn layi taiyar hai, par jo aa ghatnavan hun piche utho aa rahiyan ne, इन्हें देख के तो हर एक सिख का हर एक दर्द रखने वाले का दिल जरूर बलूंदे जाएगा जाता होगा। आप तो अगह चलण वास्ते चलने तो पहला आप जथेदार अकाल तख्त साहब जी, एक्स जथेदार भाई रणजीत सिंह जी, वो कल तो आए हैं, उन्होंने तो आप इस घटना बारे पूछिए, उस फिर अगह चलेंगे। हैलो जी जथेदार जी, वाहेगुरु जी का खालसा, वाहेगुरु जी की फतेह। ਧੰਨਵਾਦ ਜਥੇਦਾਰ ਜੀ ਟੈਲੀਫੋਨ ਤੇ ਆਉਣ ਦਾ, ਤੇ ਮਿਹਰਬਾਨੀ ਜੀ ਤੁਹਾਡੀ, ਤੁਸੀਂ ਯਾਦ ਕੀਤਾ, ਕਿਰਪਾ ਜੀ। ਦੂਸਰਾ ਤੁਸੀਂ ਦੱਸੋ, ਜਿਹੜਾ ਕੱਲ ਮੋਹਾਲੀ ਦੇ ਵਿੱਚ ਘਟਨਾ ਵਾਪਰੀ ਹੈ ਕਿ ਇੱਕ ਹੱਕ ਆਪਣੇ ਹੱਕ ਮੰਗਣ ਤੇ ਬੈਠੇ, ਉਹ ਧਰਨਾ ਦੇ ਕੇ ਬੈਠੇ ਸਨ ਤੇ ਪੁਲਿਸ ਵਾਲੇ ਉਠਾ ਕੇ ਲਿਜਾਂਦੇ ਤੇ ਤੁਰੇ ਜਾਂਦੇ, ਸਿੱਖ ਦੀ ਉਹਨੇ ਜੋ ਬਲਪ ਕੁਲਭੂਸ਼ਣ ਹੈ ਐਸ ਐਚ ਓ, ਉਹਨੇ ਪੱਗ ਲਾ ਕੇ ਤਾਂ ਆਪਣੀ ਕਸ਼ਬੇ ਚ ਲੈ ਲਈ। ਹਾਂਜੀ, ਤੇ ਕੋਈ ਕਸੂਰ ਨਹੀਂ ਸੀ, ਉਹ ਸਹਿ ਸਵਾਇ ਉਹਦੇ ਨਾਲ ਤੁਰਿਆ ਜਾਂਦਾ ਸੀਗਾ। ਉਹਦੇ ਬਾਰੇ ਦੱਸੋ, ਜੈਸੇ ਤੁਸੀਂ ਜਥੇਦਾਰ ਹੁੰਦੇ ਹੋਏ ਭਾਈ ਸਾਹਿਬ ਜੀ, ਸਿੰਘ ਸਾਹਿਬ ਜੀ, ਵੀ ਕੀ ਇਹਦਾ ਹੁਣ ਗਾਹ ਆਪਾਂ ਕੀ ਇਹਦਾ ਫਲ ਜਾਂ ਕੀ ਇਹਨੂੰ ਇਹਨੂੰ ਸੋਲਵ ਕਿੱਦਾਂ ਕਰ ਸਕਦੇ ਹਾਂ? ਅਸਲ ਜੀ ਮੈਂ ਜੋ ਦੇਖ ਰਿਹਾ ਕਈ ਸਾਲਾਂ ਤੋਂ, ਮੈਨੂੰ ਤੇ ਗੁਰੂ ਸਾਹਿਬ ਜੀ ਦੇ ਉਹ ਬਚਨ ਯਾਦ ਆਉਂਦੇ ਨੇ, ਰੇ ਜਨ ਉਸਾਰੇ ਦੱਬਿਆ ਸੁੱਤਿਆ ਗਈ ਵਹਾਏ। ਹਾਂਜੀ, ਸਾਨੂੰ ਲੱਗਦਾ ਕਿ ਸਾਡੀ ਕੌਮ ਵੀ ਸੁੱਤਿਆਂ ਪਿਆ ਬੀਤਦੀ ਜਾਂਦੀ ਆ, ਅਸੀਂ ਗਫਲਤ ਦੀ ਨੀਂਦ ਚ ਸੁੱਤੇ ਪਏ ਆ। ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮੈਂ ਜ਼ਿਆਦਾ ਸਮਾਂ ਜਿਹੜਾ ਸਿੱਖਾਂ ਦਾ, ਉਹ ਸਿੱਖਾਂ ਨੇ ਗਦਾਰਾਂ ਦਾ ਝੰਡਾ ਚੁੱਕ ਕੇ ਹੀ ਅੱਗੇ ਬੁਲੰਦ ਕੀਤਾ ਤੇ ਉਹਦੀ ਵਜ੍ਹਾ ਨਾਲ ਅਸੀਂ ਮਾਰ ਖਾਧੀ। ਠੀਕ ਹੈ, ਇੱਕ ਇੱਥੇ ਜਿਹੜਾ ਇੱਕ ਕੁਲਭੂਸ਼ਣ ਨੀ, ਇੱਥੇ ਇਹ ਕੁਲਭੂਸ਼ਣ ਨੇ ਜਿਨ੍ਹਾਂ ਨੇ ਸਿੱਖਾਂ ਦੀ ਪੱਗ ਨੂੰ ਹੱਥ ਪਾਇਆ ਜੀ। ਇੱਕ ਤੁਸੀਂ ਥੋੜੇ ਦਿਨ ਪਹਿਲਾਂ ਨਿਊਜ਼ ਪੜ੍ਹੀ ਹੋਊਗੀ ਕਿ ਇੱਕ ਬੱਸ ਸਟੈਂਡ ਦੇ ਉੱਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਦੀ ਪੱਗ ਲਾ ਕੇ ਤੇ ਬਾਦਲ ਦੇ ਦੀਆਂ ਬੱਸਾਂ ਦੇ ਡਰਾਈਵਰਾਂ ਨੇ ਅੱਗ ਲਾ ਕੇ ਸਾੜੀ, ਨਾਲੇ ਉਹਦਾ ਕਟਾਪਾ ਚਾੜਿਆ। ਅੱਛਾ ਜੀ, ਤੇ ਉਹਦਾ ਕਸੂਰ ਇੰਨਾ ਸੀ ਕਿ ਉਹ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਸੀ ਤੇ ਪੰਜਾਬ ਰੋਡਵੇਜ਼ ਦੇ ਨਾਲ ਉਹ ਵਫਾਦਾਰੀ ਚ ਗੱਲ ਕਰ ਰਿਹਾ ਸੀ ਕਿ ਵੀ ਟਾਈਮ ਸਾਡੀਆਂ ਬੱਸਾਂ ਦਾ ਤੇ ਤੁਸੀਂ ਕਿਉਂ ਆ ਕੇ ਅੱਗੇ ਬੱਸ ਲਾਈ। ਇੰਨੀ ਗੱਲ ਸੀ ਕਿ ਉਹ ਸੀਐਮ ਸਾਹਿਬ ਦੇ ਜਿਹੜੇ ਡਰਾਈਵਰ ਸੀਗੇ ਤਿੜੇ ਹੋਏ, ਉਹਨਾਂ ਨੇ ਉਸ ਸਿੱਖ ਦੀ ਕਟਾਪਾ ਚਾੜਿਆ, ਫਿਰ ਉਹਦੀ ਪੱਗ ਲਾ ਕੇ ਅੱਗ ਸਾੜੀ। ਤੁਸੀਂ ਉਹਦੀਆਂ ਤਸਵੀਰਾਂ ਦੇਖੀਆਂ ਹੋਣੀਆਂ ਅਖਬਾਰਾਂ ਚ। ਠੀਕ ਹੈ, ਫਿਰ ਉਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਦੇ ਬਾਰੇ ਇੱਕ ਕਾਲ ਤਖ਼ਤ ਤੇ ਪੰਥ ਤੇ ਗ੍ਰੰਥ ਨੂੰ ਇੱਕ ਡਿਸੀਜਨ ਲੈਣਾ ਚਾਹੀਦਾ ਸੀ ਤੇ ਉਦੋਂ ਪੰਥ ਨੇ ਕੀ ਹੁਕਮ ਦਿੱਤਾ ਕਿ ਕੱਲ ਨੂੰ ਜਾਂ ਇਸ ਤਰੀਕ ਨੂੰ ਪੰਜਾਬ ਪੰਥ ਦਾ ਸੱਦਾ ਦਿੱਤਾ। ਤੋ ਪੰਜਾਬ ਪੰਥ ਦੇ ਸੱਦੇ ਤੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਅੰਬਾਲੇ ਦੇ ਵਿੱਚ ਚੌਂਕ ਦੇ ਵਿੱਚ ਜਿਹੜੀ ਸੀ ਆਰ ਪੀ ਦੇ
ਜਿਹੜੀ ਬੀਐਸਐਫ ਸੀ ਇਹਨਾਂ ਨੇ ਇੱਕ ਨੌਜਵਾਨ ਨੂੰ ਦੋ ਤਿੰਨ ਨੌਜਵਾਨਾਂ ਨੂੰ ਕੁੱਟਿਆ ਪਰ ਇੱਕ ਨੌਜਵਾਨ ਨੂੰ ਉਹਦੀ ਪੱਗ ਲੱਥੀ ਹੋਈ ਉਹਦੇ ਵਾਲ ਖਿਲ ਰਹੇ ਹੋਏ ਤੇ ਉੱਤੇ ਡਾਂਗਾਂ ਭਰਾਉਂਦਿਆਂ ਦੀਆਂ ਫੋਟੋਆਂ ਤਸਵੀਰਾਂ ਟੀਵੀ ਤੇ ਅਖਬਾਰਾਂ ਚ ਤੁਸਾਂ ਦੇਖੀਆਂ ਤੇ ਇਹ ਸਾਡਾ ਜਿਹੜਾ ਪੰਥ ਸੀ ਅਖਾਉਣ ਵਾਲੇ ਗ੍ਰੰਥੀ ਸਿੰਘ ਸਾਹਿਬਾਨ ਇਹ ਅਗਲੇ ਦਿਨ ਸਾਨੂੰ ਵਧਾਈ ਦੇ ਰਹੇ ਨੇ ਅਖਬਾਰਾਂ ਚ ਕਿ ਤੁਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕੀਤਾ ਤੁਹਾਨੂੰ ਤੁਸੀਂ ਵਧਾਈ ਦੇ ਪਾਤਰ ਹੋ ਠੀਕ ਹੈ ਤੋ ਅਸਲ ਚ ਜਿਹੜਾ ਗ੍ਰੰਥ ਤੇ ਪੰਥ ਦਾ ਕਨਸੈਪਟ ਜਿਹੜਾ ਬਾਦਲ ਨੇ ਖਤਮ ਕਰ ਦਿੱਤਾ ਉੱਥੇ ਜਿਹੜੀਆਂ ਆਪਣੇ ਚਹੇਤੇ ਬਿਠਾਏ ਹੋਏ ਨੇ ਜਾਂ ਨਾ ਮਰਦੂਦ ਟਕੇ ਤੇ ਮਰੀਦ ਬਿਠਾਏ ਹੋਏ ਨੇ ਉਹਨਾਂ ਸਾਡੀ ਮਿੱਟੀ ਰੋਲ ਦਿੱਤੀ ਸਾਡੀ ਆਵਾਜ਼ ਦਫ਼ਨ ਕਰ ਦਿੱਤੀ ਇੱਕ ਅਕਾਲ ਤਖ਼ਤ ਦੀ ਬੜੀ ਸੁਪਰੀਮ ਤਾਕਤ ਸੀ ਜਿਹੜੀ ਕਿਸੇ ਵੀ ਵੱਡੇ ਤੋਂ ਵੱਡੇ ਸਾਡੇ ਲੀਡਰ ਨੂੰ ਗਿਰੇਵਾਨ ਤੋਂ ਫੜ ਕੇ ਪੁੱਛ ਸਕਦੀ ਸੀ ਕਿ ਤੂੰ ਸਾਡੀ ਕੌਮ ਦੇ ਨਾਲ ਕੀ ਕਿਉਂ ਗਦਾਰੀ ਕਰ ਰਿਹਾ ਉਸ ਤਾਕਤ ਨੂੰ ਖਤਮ ਕਰ ਦਿੱਤਾ ਬਾਦਲ ਨੇ ਤੁਸੀਂ ਆ ਕੱਲ ਦੋ ਦਿਨ ਦੀ ਪਹਿਲਾਂ ਦੀ ਘਟਨਾ ਦੇਖੋ ਇੱਕ ਸਾਡੀ ਵਿਰਾਸਤ ਖਾਲਸਾ ਕਾਲਜ ਜਿਹਨੇ ਸਾਡੇ ਬੜੇ ਵੱਡੇ ਵੱਡੇ ਦਾਨਸ਼ਵਰ ਦਿੱਤੇ ਸਾਨੂੰ ਅਫਸਰ ਦਿੱਤੇ ਤੇ ਇੱਕ 100 ਸਾਲ ਤੋਂ ਵੱਧ ਉਹਦੀ ਹਿਸਟਰੀ ਆ ਤੇ ਉਸ ਖਾਲਸਾ ਕਾਲਜ ਨੂੰ ਖਾਣ ਲਈ ਜਿਹੜਾ ਜਿਹੜੇ ਹੱਥ ਕੰਡੇ ਅਪਣਾ ਰਹੇ ਨੇ ਆਪਣੀ ਨਿੱਜੀ ਜਾਇਦਾਦ ਬਣਾਉਣ ਲਈ ਦੋ ਕੁੜਮਾਂ ਨੇ ਮਿਲ ਕੇ ਬਾਦਲ ਤੇ ਉਹਦੇ ਕੁੜਮ ਨੇ ਇਹਨੂੰ ਹਥਿਆ ਲਿਆ ਜਿਸ ਤਰ੍ਹਾਂ ਦੇ ਉਹਦਾ ਮਤਾ ਪਾਸ ਕੀਤਾ ਪ੍ਰਬੰਧਕ ਕਮੇਟੀ ਨੇ ਪਰ ਕੱਲ ਮੱਕੜ ਸਾਹਿਬ ਮੁੱਕਰ ਗਏ ਹਾਂਜੀ ਤੇ ਜਿੰਨੇ ਵੀ ਸਾਡੀਆਂ ਸੰਸਥਾਵਾਂ ਦੇ ਮੁਖੀ ਨੇ ਇਹ ਇਹ ਨਪੁੰਸਕ ਲੋਕ ਨੇ ਤੇ ਇਹ ਸਾਡੀ ਇੱਕ ਸੰਸਥਾਵਾਂ ਤੇ ਕਾਬਜ਼ ਕੀਤੇ ਹੋਏ ਨੇ ਬਾਦਲ ਨੇ ਆਪਣੇ ਸਵਾਰਥ ਲਈ ਤੇ ਨਾ ਬਾਦਲ ਨੂੰ ਆਪਣੀ ਪੱਗ ਦੀ ਕੋਈ ਧਿਆਨ ਹੈ ਤੇ ਨਾ ਸਾਡੇ ਸਿੱਖਾਂ ਦੀ ਉਹਦੇ ਸਰਪ੍ਰਸਤੀ ਕਰ ਰਿਹਾ ਉਹਨਾਂ ਲੋਕਾਂ ਦੀ ਜਿਹੜੇ ਸਾਡੀ ਪੱਗ ਲਾਉਣ ਡਏ ਨੇ ਚੇਲਿਆਂ ਤੋਂ ਉਸਨੇ ਛਿੱਤਰ ਖਾਧੇ ਇੱਥੇ ਲੁਧਿਆਣੇ ਦੇ ਵਿੱਚ ਭਈਆਂ ਤੋਂ ਪੁਲਿਸ ਨੇ ਛਿੱਤਰ ਖਾਧੇ ਇੱਥੇ ਜਲੰਧਰ ਦੇ ਵਿੱਚ ਪੁਲਿਸ ਤੋਂ ਇੱਕ ਭਾਈਚਾਰੇ ਤੋਂ ਪੁਲਿਸ ਨੇ ਛਿੱਤਰ ਖਾਧੇ ਪਰ ਸਾਨੂੰ ਸਿੱਖਾਂ ਨੂੰ ਸਿੱਖ ਜਿਹੜੇ ਪੁਲਿਸ ਅਫਸਰ ਨੇ ਉਹ ਡਾਂਗਾਂ ਨਾਲ ਨਵਾਜਦੇ ਨੇ ਸਾਡੀਆਂ ਪੱਗਾਂ ਲਾਉਂਦੇ ਨੇ ਤੇ ਸਰਪ੍ਰਸਤੀ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲੋ ਜੀ ਸਿੰਘ ਸਾਹਿਬ ਜੀ ਜਦੋਂ ਹੁਣ ਬਾੜੀ ਖੇਤ ਨੂੰ ਖਾਣ ਲੱਗ ਪਈ ਹੈ ਤੇ ਇਨਸਾਫ਼ ਆਪਾਂ ਕਿਸ ਤੋਂ ਲਵਾਂਗੇ ਇਨਸਾਫ ਜਿਹੜਾ ਨਾ ਜੀ ਅਸੀਂ ਤੇ ਦਸਮ ਪਾਤਸ਼ਾਹ ਤੋਂ ਸਾਨੂੰ ਤਾਕਤ ਮੰਗਣੀ ਚਾਹੀਦੀ ਆ ਤੇ ਜਦੋ ਜਹਿਦ ਕਰਨ ਲਈ ਸੰਕਲਪ ਕਰਨਾ ਚਾਹੀਦਾ ਇਹ ਪਰਛਾਵੇਂ ਆਉਂਦੇ ਰਹੇ ਨੇ ਸਾਡੀ ਕੌਮ ਤੇ ਬਹੁਤ ਵੱਡਾ ਨੁਕਸਾਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਡੇ ਲੀਡਰਾਂ ਨੇ ਆਪ ਮਰਵਾਇਆ ਵੋਟੀ ਵੋਟੀ ਕਰਵਾ ਕੇ ਰੋਜ਼ੀਨੇ ਲੈ ਕੇ ਤਨਖਾਹਾਂ ਲੈ ਕੇ ਸੂਬੇ ਤੋਂ ਹਾਂਜੀ ਫਿਰ ਉਹਨੂੰ ਮਰਵਾਉਣ ਤੋਂ ਬਾਅਦ ਜਿਹੜੀ ਜਿਹੜੀ ਕੌਮ ਨੂੰ ਉਹਦੀ ਦੇਣ ਦੇਣੀ ਪਈ ਭਾਈ ਮਨੀ ਸਿੰਘ ਵਰਗੇ ਬਜ਼ੁਰਗਾਂ ਦੇ ਬੰਦ ਬੰਦ ਕੱਟੇ ਭਾਈ ਤਾਰੂ ਸਿੰਘ ਵਰਗੇ ਜਵਾਨ ਦੀ 22-23 ਸਾਲ ਦੇ ਨੌਜਵਾਨ ਦੀ ਖੋਪਰੀ ਲੱਥੀ ਬੀਬੀਆਂ ਨੂੰ ਪੀਸਣੇ ਪੀਸਣੇ ਪਏ ਇਹ ਸਾਰੀਆਂ ਅਲਾਮਤਾਂ ਤੇ ਜਿਹੜਾ ਨੁਕਸਾਨ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਗਦਾਰੀ ਕਰਕੇ ਮਰਵਾਉਣ ਕਰਕੇ ਹੋਇਆ ਠੀਕ ਹੈ ਪਰ ਉਸ ਤੋਂ ਬਾਅਦ ਅਸੀਂ ਅੱਜ ਤੱਕ ਨਜ਼ਰਸਾਨੀ ਨਹੀਂ ਕਰ ਪਾ ਰਹੇ ਆਪਣੀ ਕਿਸੇ ਹੋਣੀ ਤੇ ਜਾਂ ਸਾਡੀ ਜਿਹੜੀ ਇੱਕ ਸੰਸਥਾ ਸੀ ਅਕਾਲੀ ਦਲ ਤੋਂ ਉਹਨੂੰ ਪਹਿਲਾਂ ਅਕਾਲੀ ਦਲ ਤੋਂ ਪੰਜਾਬੀ ਦਲ ਬਣਾਇਆ ਪੰਜਾਬੀ ਦਲ ਤੋਂ ਇੱਕ ਪਰਿਵਾਰ ਦੀ ਪਾਰਟੀ ਬਣਾਤਾ ਵੱਡੇ ਵੱਡੇ ਲੀਡਰ ਜਿਹੜੇ ਸੀਗੇ ਲਾਲਪੁਰਾ ਵਰਗੇ ਉਬੋਗੇ ਵਰਗੇ ਸੁਖਜਿੰਦਰ ਸਿੰਘ ਵਰਗੇ ਵਡਾਲਾ ਵਰਗੇ ਟੌੜਾ ਸਾਹਿਬ ਵਰਗੇ ਤਲਵੰਡੀ ਸਾਹਿਬ ਵਰਗੇ ਇਹਨਾਂ ਨੂੰ ਇਹਨੇ ਲਾਈਨ ਚ ਲਾ ਕੇ ਤੇ ਨੇਸਤੋ ਨਬੂਦ ਕਰਤਾ ਖਤਮ ਕਰਤਾ ਤੇ ਪਾਲੇ ਆਪਣੇ ਪੁੱਤਰ ਤੇ ਉਹਦੇ ਸਾਲੇ ਤੇ ਉਹਦੀਆਂ ਭੈਣਾਂ ਤੇ ਆਪਣੀ ਲੜਕੀ ਤੇ ਨਾਲ ਭਤੀਜੇ ਤੇ ਸਾਰਾ ਟੱਬਰ ਪਾਲਿਆ ਉਹ ਟੱਬਰ ਦੇ ਜਾਲ ਦੇ ਵਿੱਚ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਫਸਿਆ ਉਹ ਆਪਣੀ ਕੁਦਰਤੀ ਮੌਤ ਤੇ ਮਰਨ ਵਾਲਾ ਹੈ ਤੇ ਅਸੀਂ ਉਸ ਟਾਈਮ ਦੀ ਇੰਤਜ਼ਾਰ ਕਰ ਰਹੇ ਹਾਂ ਸਾਨੂੰ ਤੇ ਅਗਾਂਹ ਆਪਣਾ ਕੁਛ ਲੱਭਣਾ ਚਾਹੀਦਾ ਕਿ ਸਾਡੀ ਜਿਹੜੀ ਸੰਸਥਾ ਆ ਇਹਨੂੰ ਅਸੀਂ ਕਿਵੇਂ ਬਚਾਉਣਾ ਹੈ ਅਕਾਲੀ ਦਲ ਨੂੰ ਕਿਵੇਂ ਬਚਾਉਣਾ ਉਹਦੀ ਰੂਹ ਨੂੰ ਕਿਵੇਂ ਬਚਾਉਣਾ ਜਿਹੜੀ ਸਿੱਖ ਆਈਡੈਂਟੀ ਆ ਜਿਹੜੀ ਦਸਮ ਪਾਤਸ਼ਾਹ ਨੇ ਕੁਰਬਾਨੀਆਂ ਕਰਕੇ ਸਾਨੂੰ ਦਿੱਤੀ ਆ ਤੇ ਖਾਸ ਕਰਕੇ ਆਪਣੇ ਪੁੱਤ ਵਾਰ ਕੇ ਸਾਨੂੰ ਪੰਥ ਤੇ ਗ੍ਰੰਥ ਦਾ ਸਿਧਾਂਤ ਦਿੱਤਾ ਉਹ ਪੰਥ ਨੂੰ ਕਿਵੇਂ ਅਸੀਂ ਜਿਉਂਦਾ ਕਰਨਾ ਅੱਜ ਤੁਸੀਂ ਕਿਸੇ ਸਿੱਖ ਤੋਂ ਪੰਜਾਬ 'ਚ ਪੁੱਛ ਲਓ ਕਿ ਪੰਥ ਕਿੱਥੇ ਆ ਤੇ ਉਹ ਕਹਿਣਗੇ ਚੰਡੀਗੜ੍ਹ ਬੈਠਾ ਉਹ ਭਾ ਪ੍ਰਕਾਸ਼ ਸਿੰਘ ਬਾਦਲ ਹੈ ਉਹ ਵੀ ਪੰਥ ਆ ਤੇ ਇੱਥੇ ਔਰੰਗਜ਼ੇਬ ਦੀ ਹੈਵੀ ਨੀਤੀ ਹੈਵੀ ਹੋ ਗਈ ਸਾਡੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਿਰ ਦੇਣ ਵਾਲੀ ਨੀਤੀ ਪਿੱਛੇ ਪੈ ਗਈ ਤੇ ਅਸੀਂ ਸਵਾਰਥੀ ਹੋ ਗਏ ਅਸੀਂ ਸਵਾਰਥੀ ਹੋ ਕੇ ਜਿਹੜੇ ਸਾਡੀ ਕੌਮ ਨੂੰ ਹਿੰਦ ਮਹਾਸਾਗਰ 'ਚ ਡੋਬ ਦੇਣਾ ਚਾਹੁੰਦੇ ਨੇ ਸਾਡੀਆਂ ਖਾਲਸਾ ਕਾਲਜ ਵਰਗੀਆਂ ਬੜੇ ਸ਼ਾਨਾ ਮਤੇ ਇਤਿਹਾਸ ਵਾਲੀਆਂ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਇਦਾਦਾਂ ਬਣਾ ਕੇ ਤੇ ਖਤਮ ਕਰ ਦੇਣਾ ਚਾਹੁੰਦੇ ਨੇ ਤੁਸੀਂ ਦੇਖੋ ਕਿੱਡਾ ਵੱਡਾ ਜਦੋਂ 13ਵੀਂ ਹੋ ਰਹੀ ਹੈ 20 ਕਰੋੜ ਰੁਪਇਆ ਉਹਦੀ ਕੀਮਤ ਪਾਈ ਸਾਰੇ ਖਾਲਸਾ ਕਾਲਜ ਦੀ ਜਾਂ ਅੱਜ 20 ਕਰੋੜ ਦੀ ਕੀ ਵੈਲਿਊ ਹੈ 20 ਕਰੋੜ ਦਾ ਤੇ ਅੱਧਾ ਸ਼ੋਰੂਮ ਨੀ ਆਉਂਦਾ ਚੰਡੀਗੜ੍ਹ ਦੇ ਵਿੱਚ ਤੇ ਇੱਡੀ ਵੱਡੀ ਸੰਸਥਾ ਜਿਹਨੂੰ
ਜਿਹਨੂੰ 500 ਏਕੜ ਜ਼ਮੀਨ ਤੇ ਕੋਟ ਖਾਲਸਾ ਦੇ ਪਿੰਡ ਨੇ ਦਿੱਤੀ ਤੇ ਜਿਹਨੇ 99 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਬਣੀ ਯੂਨੀਵਰਸਿਟੀ ਨੂੰ 150 ਏਕੜ ਜ਼ਮੀਨ 550,000 ਰੁਪਏ ਕਿੱਲੇ ਨੂੰ ਵੇਚੀ, ਜਦਕਿ ਉਹਦਾ ਉਦੋਂ ਟਾਈਮ ਉਸ ਟਾਈਮ ਤੇ 9,000 ਰੁਪਏ ਕਿੱਲਾ ਰੇਟ ਸੀ ਜ਼ਮੀਨ ਦਾ। ਉਹ ਸਾਰਾ ਪੈਸਾ ਸੰਸਥਾ ਦੇ ਕੋਲ ਪਿਆ, ਜਿਹੜਾ ਅੱਜ ਤੋਂ ਬਾਅਦ ਪਹਿਲਾਂ 69 ਤੋਂ ਲੈ ਕੇ ਐਫਡੀਆਂ ਦੀ ਰਾਹੀਂ ਇਹਦਾ ਖਜ਼ਾਨਾ ਭਰੀ ਜਾ ਰਿਹਾ, ਪਰ ਇਹਨਾਂ ਦਾ ਢਿੱਡ ਨਹੀਂ ਭਰਿਆ। ਇਹ ਜਿਹੜੇ ਟੋਡੀ ਸੀ ਜਿਹਨਾਂ ਨੇ ਮਜੀਠੇ ਦੇ ਜਰਨੈਲਾਂ ਨੂੰ ਫੜਾ ਕੇ ਕੋਰਟ ਮਾਰਸ਼ਲ ਕਰਵਾਇਆ ਤੇ ਮੂੰਹ ਮੰਗੀਆਂ, ਜਾਇਦਾਦਾਂ ਲਈਆਂ ਯੂਪੀ ਦੇ ਵਿੱਚ ਤੇ ਖੰਡ ਮਿੱਲਾਂ ਲਾਈਆਂ, ਤੇ ਅੱਜ ਉਹ ਪੰਜਾਬ ਦੇ ਵਾਰਸ ਬਣ ਗਏ, ਸਾਡੇ ਪੰਥ ਦੇ ਵਾਰਸ ਬਣ ਗਏ। ਸਿੰਘ ਸਾਹਿਬ ਜੀ ਦਾ ਸਾਲਾ ਹੋਣ ਕਰਕੇ, ਸਿੰਘ ਸਾਹਿਬ ਜੀ ਆਖਰੀ ਸਵਾਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਅਸੀਂ ਇੱਥੇ ਇੰਗਲੈਂਡ ਯੂਰਪ ਦੇ ਵਿੱਚ ਬੈਠੇ, ਤੁਹਾਨੂੰ ਪਤਾ ਹੈ ਕਿ ਦਸਤਾਰ ਦਾ ਜਦੋਜਹਦ ਕਰ ਰਹੇ, ਏਅਰਪੋਰਟ ਤੇ ਸਾਡੀ ਦਸਤਾਰ ਨਾ ਫਰੋਲੀ ਜਾਵੇ, ਤੇ ਜਦੋਂ ਇਹ ਪੁੱਛਣਗੇ ਟੈਲੀਵਿਜ਼ਨ ਤੇ ਦੇਖ ਰਹੇ ਨੇ, ਜਦੋਂ ਇਹ ਕਹਿਣਗੇ ਤੁਹਾਡੇ ਆਪਣੇ ਦੇਸ਼ ਵਿੱਚ ਕੀ ਹੁੰਦਾ, ਉਹਦੇ ਨਾਲ ਇਹ ਹਾਂਜੀ ਜੀ ਜੀ ਉਹ ਜੇ ਉਹ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਦਾ ਅਸਰ ਸਾਡੀ ਇੱਥੇ ਦੀ ਜਦੋਜਹਦ ਤੇ ਬਹੁਤ ਪਵੇਗਾ। ਮੈਂ ਤੁਹਾਨੂੰ ਨਾ ਪਹਿਲਾਂ ਵੀ 2-4 ਵਾਰੀ ਕਹਿ ਚੁੱਕਾ ਕਿ ਤੁਸੀਂ ਇੱਥੋਂ ਕੋਈ ਆਸ ਨਾ ਰੱਖੋ, ਇੱਥੇ ਦੇ ਜਿਹੜੇ ਸਿੱਖ ਦਾ ਜਿਹੜੇ ਸਿੱਖ ਮੁੱਲ ਵੱਟ ਕੇ ਬੈਠੇ ਨੇ ਪੰਜਾਬ ਦੇ ਵਿੱਚ MP ਬਣ ਕੇ ਬੈਠੇ ਨੇ, 23-22 MP ਸਿੱਖ MP ਨੇ ਜਿਹੜੇ ਤੁਹਾਡੇ ਲਈ ਬੜੇ ਸੋਹਣੇ ਬੜੀ ਸੋਹਣੀ ਹੈਲਪ ਕਰ ਸਕਦੇ ਸੀ ਸਰਕਾਰ ਦੇ ਥਰੂ, ਪਰ ਨਾ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ ਦੇ ਵਿੱਚੋਂ ਜਿਹੜੀ ਪੰਜਾਬ ਸਰਕਾਰ ਨੂੰ ਆਪਣੇ MPਆਂ ਦੇ ਥਰੂ ਅੱਗੇ ਕਮਾਨ ਕਰਨੀ ਚਾਹੀਦੀ ਸੀ, ਉਹ ਕਰਨ ਦੀ ਬਜਾਏ ਤਮਾਸ਼ਾ ਦੇਖ ਰਹੇ ਨੇ। ਤੇ ਤੁਸੀਂ ਜਿਹੜਾ ਸਵਾਲ ਕੀਤਾ ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਉਹ ਸਾਡਾ ਅਸੀਂ ਅੱਜ ਮਜ਼ਾਕ ਦਾ ਵਿਸ਼ਾ ਬਣ ਗਿਆ ਕਿ ਜਿਹੜੇ ਤੇ ਪੱਗ ਸਾਡੀ ਲਾਉਂਦੇ ਨੇ ਇਟਲੀ ਦੇ ਵਿੱਚ, ਉਹਨਾਂ ਦੀ ਹਾਲਾਂਕਿ ਭਾਵਨਾ ਨੀ ਹੁੰਦੀ ਕਿ ਸਾਨੂੰ ਅਪਮਾਨਿਤ ਕਰਨਾ, ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਿ ਇਹ ਦਸਮ ਪਾਤਸ਼ਾਹ ਦੀ ਬਖਸ਼ੀ ਹੋਈ ਦਸਤਾਰ ਦਸਤਾਰ ਆ, ਤੇ ਇਹਨੂੰ ਹੱਥ ਪਾਉਣਾ ਜਿਹੜਾ ਇਹ ਸਾਡੇ ਲਈ ਸਾਡੇ ਗਿਰੇਵਾਰ ਨੂੰ ਹੱਥ ਪਾਉਣ ਦੇ ਤੋਲਿਆ, ਪਰ ਉਸਦੇ ਬਾਵਜੂਦ ਇੱਥੇ ਤੇ ਪੱਗਾਂ ਲਾ ਕੇ ਕੱਛ ਚ ਪਾ ਕੇ ਤੇ ਤੋਰਨਾ ਤੁਰਦਾ ਫਿਰਦਾ SHO ਤੇ ਸਰਪ੍ਰਸਤੀ ਕਰਦੀ ਸਾਡੀ ਆਪਣੀ ਪੰਥਕ ਖੋਲ ਵਾਲੀ ਸਰਕਾਰ। ਇਹ ਨਮੋਸ਼ੀ ਹੀ ਸਾਡੇ ਪੱਲੇ ਪਊਗੀ ਤੁਹਾਡੇ ਵੀ, ਪਰ ਮੈਂ ਅਰਦਾਸ ਕਰਦਾ ਅਕਾਲਪੁਰ ਸੱਚੇ ਵਾਹਿਗੁਰੂ ਤੁਹਾਨੂੰ ਬਾਹਰ ਦੇ ਸਿੱਖਾਂ ਨੂੰ ਬਲ ਬਖਸ਼ੇ, ਤੁਸੀਂ ਸੁਚੱਜੇ ਢੰਗ ਨਾਲ ਆਪਣੀ ਲੜਾਈ ਲੜਦੇ ਰਹੋ, ਇਹਨਾਂ ਤੋਂ ਕੋਈ ਆਸ ਨਾ ਰੱਖਿਓ, ਜੇ ਰੱਖੋਗੇ ਤੇ ਉਹ ਤੁਹਾਨੂੰ ਧੋਖੇ ਚ ਲਿਆ ਕੇ ਹੀ ਨੁਕਸਾਨ ਕਰਾਉਣਗੇ, ਜਿਵੇਂ ਉੱਤਰ ਪ੍ਰਦੇਸ਼ ਦੇ ਸਿੱਖਾਂ ਦਾ ਕਿਰਾਇਆ ਇਹਨਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ਮੀਨ ਤੇ ਵੇਚ ਆਇਆ ਤੇ ਉਹਨਾਂ ਦੀ ਉੱਤਰਾਖੰਡ ਦੇ ਵਿੱਚ ਆਪ ਸਾਈਨ ਕਰਕੇ ਧੱਕ ਦਿੱਤੀ, ਜਿੱਥੇ 4 ਕਿੱਲਿਆਂ ਤੋਂ ਬਾਅਦ ਇੱਕ ਸੀਲਿੰਗ ਲੱਗ ਜਾਂਦੀ ਹੈ, ਜਿਹੜੇ 400-400 ਏਕੜ ਦੇ ਜ਼ਮੀਨ ਦੇ ਮਾਲਕ ਸੀ ਉਹ 4 ਕਿੱਲਿਆਂ ਦੇ ਮਾਲਕ ਰਹਿ ਗਏ। ਜਦਰਾਜ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਧੰਨਵਾਦ ਸਾਰੀ ਇਨਫੋਰਮੇਸ਼ਨ ਦੇਣ ਦਾ, ਇਹ ਕਿਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਿੰਘ ਜੀ, ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ, ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਵੀ ਉੱਥੇ ਬਿਲਕੁਲ ਜ਼ਮੀਰ ਮਰ ਗਈ ਆ, ਇਹ ਬਿਲਕੁਲ ਇੱਦਾਂ ਵੀ ਨਹੀਂ ਹੈਗਾ, ਜ਼ਮੀਰ ਵਾਲੇ ਸਿੰਘ ਹੈਗੇ ਆ, ਜਿਹੜੇ ਸਿਰ ਸਿੰਘ ਹੈਗੇ ਆ। ਮੈਂ ਕਹਿੰਦਾ ਇਹ ਵੀ ਚੀਜ਼ ਹੈਗੀ ਵੀ ਉੱਥੇ ਮੀਡੀਆ ਦੀ ਘਾਟ ਹੋਣ ਕਰਕੇ ਇਹ ਗੱਲ ਲੋਕਾਂ ਤੱਕ ਪਹੁੰਚਦੀ ਵੀ ਨਹੀਂ। ਮੈਂ ਸਵੇਰੇ ਫੋਨ ਲਾਇਆ ਸੀ ਜੀ, ਮੇਰਾ ਫਰੈਂਡ ਮੇਰਾ ਟੀਚਰ ਆ, ਮੀਡੀਆ ਹੈ ਪਰ ਮੀਡੀਆ ਦੇ ਨਹੀਂ ਰਿਹਾ ਨਾ, ਗੱਲ ਤਾਂ ਨਾ ਸਾਡੇ ਲਈ ਤਾਂ ਨਾ ਹੋਇਆ ਨਾ, ਉਹ ਟੀਚਰ ਆ ਮੈਟ੍ਰਿਕ ਸਕੂਲ ਚ ਪੜਾਉਂਦਾ ਤੇ ਉਹ ਅਕਸਰ ਉਹਨਾਂ ਦੇ ਜਿਹੜੇ ਬੈਠਣ ਉੱਠੀ ਆ ਹੈਗੀ ਇਸ ਲੈਵਲ ਦੀ, ਉਹ ਨੌਲੇਜ ਰੱਖਦੇ ਆ। ਮੈਂ ਸਵੇਰੇ ਫੋਨ ਕੀਤਾ, ਉਹ ਕਹਿੰਦੇ ਸਮਝਦੇ ਕੋਈ ਪਤਾ ਨਹੀਂ। ਫਿਰ ਮੈਂ ਸਵੇਰੇ ਚੰਡੀਗੜ੍ਹ ਮੁੰਡਾ ਇੱਥੇ ਪਿੱਛੇ ਆ ਗਿਆ, ਵਕੀਲ ਨੌਜਵਾਨ ਚ ਹਾਈਕੋਰਟ ਦਾ ਵਕੀਲ ਆ, ਉਹਨੂੰ ਪੁੱਛਾਂ ਮੈਂ ਭਾਈ ਸਾਹਿਬ ਮੋਹਾਲੀ ਤੁਹਾਡੇ ਤਾਂ ਬੱਖੀ ਵਿੱਚ ਆ, ਕਿਆ ਘਟਨਾ ਗੱਲ ਉੱਥੇ ਵੀ ਆ? ਕਹਿੰਦੇ ਅੱਛਾ ਜੀ ਹੈਰਾਨ ਵੀ ਇੱਥੇ ਇੱਦਾਂ ਹੋਇਆ। ਮਤਲਬ ਉਹ ਜਦ ਕੱਲ੍ਹ ਕਈਆਂ ਨੇ ਸਿਹਾਦਤ ਸਿੰਘਾਂ ਨੇ ਵੀ ਆਣ ਕੇ ਜਿਹੜੀ ਸੰਗਤ ਆ ਲੋਕ ਆ ਰੋਡਾਂ ਦੇ ਜਿਹੜੇ ਸੜਕਾਂ ਤੇ ਉਤਰ ਆਉਣ ਇਹ ਚੀਜ਼ਾਂ ਰੋਕਣ ਲਈ, ਪਰ ਸੰਗਤ ਉਹਦੇ ਚ ਮੈਸੇਜ ਉਹਨਾਂ ਨੂੰ ਵੀ ਗੱਲ ਜਾਂਦੀ ਨਹੀਂ ਤੇ ਕਰਨਗੇ ਉਹ ਤਾਂ ਕਿੱਥੇ ਆਉਣ। ਹਾਂ ਆਪਾਂ ਇੱਕ ਗੱਲ ਲਈਏ ਭਾਈ ਗੁਰਿੰਦਰ ਸਿੰਘ ਜੀ ਦੀ। ਹੈਲੋ, ਹਾਂਜੀ 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 ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ।